ਹਾਂਜੀ ਦੋਸਤੋ ਬੁਢਾਪਾ ਪੈਨਸ਼ਨ ਨੂੰ ਲੈ ਕੇ ਵੱਡੀ ਖੁਸ਼ਖਬਰੀ ਆਈ ਹੈ ਖਾਤਿਆਂ ਦੇ ਵਿੱਚ ਤੁਹਾਡੀ ਪੈਨਸ਼ਨ ਜਿਹੜੀ ਉਹ ਪੈ ਚੁੱਕੀ ਹੈ ਹੁਣ ਇਹ ਵੀ ਗੱਲ ਕਰਾਂਗੇ ਦੋਸਤੋ ਜਿਹੜੀ 2500 ਪੈਨਸ਼ਨ ਹੈ ਉਸ ਦੇ ਬਾਰੇ ਕੀ ਨਵੀਂ ਅਪਡੇਟ ਆਈ ਹੈ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨਾ ਕਿਹੜਾ ਲੋਕਾਂ ਦੀ ਜਿਹੜੀ 2500 ਪੈਨਸ਼ਨ ਆ ਚੁੱਕੀ ਹੈ ਤਾਂ ਤੁਹਾਨੂੰ ਦੱਸ ਦਈਏ ਦੋਸਤੋ ਪਟਿਆਲਾ ਤੇ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਇੱਕ ਦੋ ਜਿਹੜੇ ਬਲੌਗ ਨੇ ਉੱਥੇ ਨਹੀਂ ਆਈ ਦੂਸਰਾ ਜੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆ ਚੁੱਕੀ ਹੈ ਮੋਗਾ ਮਾਨਸਾ ਕਪੂਰਥਲਾ ਪਠਾਨਕੋਟ ਜਲੰਧਰ ਫਿਰੋਜ਼ਪੁਰ ਫਰੀਦਕੋੜ ਤੇ ਗੁਰਦਾਸਪੁਰ ਦੇ ਵਿੱਚ ਪੈਨਸ਼ਨ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਵਿਕਲੰਗਾਂ ਦੀ ਪੈਨਸ਼ਨ ਹੈ ਜਿਹੜੀ ਆ ਚੁੱਕੀ ਹੈ ਪੰਜਾਬ ਸਰਕਾਰ ਦੁਆਰਾ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਭਾ ਦਿੱਤੇ ਗਏ ਨੇ ਹਾਂ ਜੀ ਦੋਸਤੋ ਦੂਸਰੀ ਗੱਲ ਇਹ ਹੈ ਕਿ 2500 ਦੀ ਜਿਹੜੀ ਪੈਨਸ਼ਨ ਹੈ ਇੱਕ ਕਦੋਂ ਸ਼ੁਰੂ ਹੋਵੇਗੀ ਤਾਂ ਦੋਸਤੋ ਫਿਲਹਾਲ 2500 ਦਾ ਕੋਈ ਵੀ ਨਵਾਂ ਅਪਡੇਟ ਨਹੀਂ ਆਇਆ ਜਿਵੇਂ ਹੀ ਕੋਈ ਨਵਾਂ ਅਪਡੇਟ ਹੁੰਦਾ ਹੈ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਜ਼ਰੂਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ